स्वागत डीडी पंजाबी देख रहे सारे दर्शकों का बहुत बहुत स्वागत करते हैं। तुहाडे इंतजार दी घड़ियां बिल्कुल खत्म हो चुकियां ने क्योंकि असीं हाजिर हाँ जी लैके प्रोग्राम गल्लां ते गीत। इस गल्लां ते गीत प्रोग्राम दे विच अज मैं तुहाडे नाल हाँ नवदीप कौर ते मैं हाँ देव कपूर। नवदीप, कुदरत ते इंसान दा रिश्ता बहुत अनमोल है। बिल्कुल, किते ना किते असीं कुदरत तों वांझे नहीं रह सकदे क्योंकि कुदरत तों जदों दूर हुंदे आ तां असीं अपने आप तों दूर हो जांदे आ। वधदी होई जनसंख्या ने किते ना किते साडी जरूरतां दे विच वाधा कर दित्ता है और जाने अनजाने दे विच असीं मुनाफे वास्ते कुदरत दा नुकसान भी करदे आए हां और कर रहे हां। इस साडे उपर एक बहुत वड्डी जिम्मेवारी साडी बनदी है कि असीं कुदरत नाल प्यार करिए और कुदरती ढंग दे नाल अपनी जिंदगी नूं बतीत करिए। और अज दा साडा गल्लां ते गीत दा जिहड़ा विशा है वह भी कुदरत दे नाल ही जुड़दा है क्योंकि कुदरत दे नाल जदों असीं जुड़दे हां तां साडे सारे मसले जिहड़े आ हल हो जांदे आ। अज दा साडा विशा है जी जैविक खेती यानी कुदरती खेती ऑरगैनिक फार्मिंग। और इस विशे दे बाबत जे तुसीं वी कोई सवाल करना चाहुंदे हो तां स्क्रीन ते नंबर फ्लैश हो रहे ने 0181-281-4261-281-4264 मिला के साडे नाल राबता कायम कर सकदे हो जी। ते जदों साडे नाल राबता कायम करो ते इस चीज दा ध्यान देना है कि अपने टीवी सैट तों दूर होके गल करनी है या फिर टीवी सैट दी आवाज बंद करके गल करनी है। सो फटाफट दे नाल दसदे हां कौन माहिर मेहमान ने साडे स्टूडियो ਵਿੱਚ ਅੱਜ ਪਹੁੰਚੇ ਹੋਏ ਇਸ ਇੰਨੇ ਮਹੱਤਵਪੂਰਨ ਟੌਪਿਕ ਤੇ ਗੱਲ ਕਰਨ ਦੇ ਲਈ। ਸਾਡੇ ਨਾਲ ਸਟੂਡੀਓ ਦੇ ਵਿੱਚ ਉਚੇਚੇ ਤੌਰ ਤੇ ਹਾਜ਼ਰ ਨੇ ਸਰਦਾਰ ਰਾਜਵੀਰ ਸਿੰਘ ਜੀ, ਟਰਸਟੀ ਪਿੰਗਲਵਾੜਾ ਸੋਸਾਇਟੀ ਅੰਮ੍ਰਿਤਸਰ ਤੋਂ ਆਏ ਨੇ ਸਾਡੇ ਕੋਲ ਤੇ ਇਸ ਦੇ ਨਾਲ ਨਾਲ ਜੁਆਇੰਟ ਸੈਕਟਰੀ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ। ਇਹਨਾਂ ਤੋਂ ਅਸੀਂ ਬਹੁਤ ਮਹੱਤਵਪੂਰਨ ਅੱਜ ਜਾਣਕਾਰੀ ਲੈਣੀ ਹੈ ਤੇ ਸਾਨੂੰ ਉਮੀਦ ਹੈ ਕਿ ਤੁਹਾਡੇ ਵੀ ਇਹ ਕੰਮ ਦੀਆਂ ਗੱਲਾਂ ਹੋਣਗੀਆਂ। ਸੋ ਸਾਡੇ ਟੀਵੀ ਸੈੱਟ ਤੋਂ ਬਿਲਕੁਲ ਵੀ ਤੁਸੀਂ ਹਟ ਕੇ ਦੂਰ ਨਹੀਂ ਜਾਣਾ, ਬਿਲਕੁਲ ਦੇਖਦੇ ਰਹਿਣਾ ਪ੍ਰੋਗਰਾਮ ਗੱਲਾਂ ਤੇ ਗੀਤ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਰ ਪ੍ਰੋਗਰਾਮ ਵਿੱਚ। ਸਮੂਹ ਦਰਸ਼ਕਾਂ ਦਾ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਸਾਡਾ ਅੱਜ ਦਾ ਟੌਪਿਕ ਹੈ ਜੈਵਿਕ ਖੇਤੀ, ਜਿਸ ਨੂੰ ਅਸੀਂ ਕੁਦਰਤੀ ਖੇਤੀ ਜਾਂ ਔਰਗੈਨਿਕ ਫਾਰਮਿੰਗ ਵੀ ਕਹਿੰਦੇ ਆ। ਸੋ ਕਿਸ ਤਰ੍ਹਾਂ ਦੀ ਜਿਹੜੀ ਖੇਤੀ ਹੁੰਦੀ ਹੈ ਜਿਸ ਨੂੰ ਅਸੀਂ ਔਰਗੈਨਿਕ ਖੇਤੀ ਜਾਂ ਫਿਰ ਜੈਵਿਕ ਖੇਤੀ ਕਹਿ ਸਕਦੇ ਆ? ਕੁਦਰਤੀ ਖੇਤੀ ਜੀ, ਜਿਹੜੀ ਕੁਦਰਤ ਦੇ ਸਹਿਯੋਗ ਦੇ ਨਾਲ ਕੀਤੀ ਜਾਵੇ ਉਹਨੂੰ ਅਸੀਂ ਕੁਦਰਤੀ ਖੇਤੀ ਕਹਿੰਦੇ ਹਾਂ ਕਿਉਂਕਿ ਮਾਰਕੀਟ ਦੇ ਵਿੱਚੋਂ ਸਾਨੂੰ ਕੁਛ ਵੀ ਖਰੀਦਣ ਦੀ ਲੋੜ ਨਹੀਂ। ਜੇ ਅਸੀਂ ਕੋਈ ਕੀੜਿਆਂ ਦਾ ਬਦਲਿਆ ਸਾਡੇ ਕੋਲ ਆ, ਜੇ ਸਾਨੂੰ ਧਰਤੀ ਦੀ ਉਪਜਾਊ ਸ਼ਕਤੀ ਆ ਤੇ ਉਹ ਸਾਡੇ ਮਿੱਤਰ ਕੀਟ ਜਿਹੜੇ ਨੇ ਜਿਨ੍ਹਾਂ ਦੀ ਗਿਣਤੀ 85% ਆ, 15% ਦੁਸ਼ਮਣ ਕੀੜਿਆਂ ਦੀ ਆ। ਔਰ ਮੈਂ ਇਹ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਕਿ ਭਗਤ ਪੂਰਨ ਸਿੰਘ ਜੀ ਪਿੰਗਲੋੜਾ ਸੁਸਾਇਟੀ ਜਿਨ੍ਹਾਂ ਨੇ ਬਣਾਈ ਸੀ, ਹੁਣ ਇਸ ਵੇਲੇ ਭੈਣ ਡਾਕਟਰ ਇੰਦਰਜੀਤ ਕੌਰ ਸੇਵਾ ਨਿਭਾ ਰਹੇ ਨੇ, ਉਹ ਸਮੁੱਚੇ ਵਾਤਾਵਰਣ ਦਾ ਖਿਆਲ ਰੱਖਦੇ ਜਿੱਥੇ ਮਰੀਜ਼ਾਂ ਨੂੰ ਸਾਂਭਦੇ ਸੀਗੇ। ਔਰ ਫਿਰ ਭੈਣ ਇੰਦਰਜੀਤ ਕੌਰ ਨੇ ਜਦੋਂ ਸੁਭਾਸ਼ ਪਾਲਕਰ ਜੀ 2006 'ਚ ਆਏ, ਅਸੀਂ ਪਹਿਲਾ ਸੈਮੀਨਾਰ ਕਰਾਇਆ ਵੀ ਕੁਦਰਤੀ ਖੇਤੀ ਕਿਵੇਂ ਕਰੀਏ, ਅਸੀਂ ਕੀੜੇ ਮਾਰ ਦਵਾਈਆਂ ਤੋਂ ਬਿਨਾਂ, ਫਰਟੀਲਾਈਜ਼ਰ ਤੋਂ ਬਿਨਾਂ ਜਿਹੜੀ ਖੇਤੀ ਕਰ ਸਕਦੇ ਹਾਂ, ਇਹ ਕਿਵੇਂ ਕਰ ਸਕਦੇ ਹਾਂ। ਉਹਦੇ 'ਤੇ ਅਸੀਂ ਫਿਰ ਬਹੁਤ ਸਾਰਾ ਪ੍ਰਚਾਰ ਕੀਤਾ, ਕਿਤਾਬਾਂ ਛਪਾ ਕੇ ਵੰਡੀਆਂ ਭੈਣ ਇੰਦਰਜੀਤ ਕੌਰ ਨੇ, ਔਰ ਬਹੁਤ ਸਾਰੇ ਸੈਮੀਨਾਰ ਜਿਹੜੇ ਸੀ ਅਸੀਂ ਜਗ੍ਹਾ ਜਗ੍ਹਾ 'ਤੇ, ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ ਕਰਾਏ, ਔਰ ਕਿਸਾਨਾਂ ਨੂੰ ਬੁਲਾ ਕੇ ਉਹਨਾਂ ਨੂੰ ਦੱਸਿਆ ਕਿ ਜੇ ਅਸੀਂ ਨੇਚਰ ਦੇ ਨਾਲ, ਕਿਉਂਕਿ ਜਦੋਂ ਧਰਤੀ ਬਣੀ ਸਭ ਤੋਂ ਪਹਿਲਾਂ ਪਾਣੀ ਸੀਗਾ, ਫਿਰ ਉਸ ਤੋਂ ਬਾਅਦ ਬਨਸਪਤੀ ਆਈ, ਫਿਰ ਸਾਡੇ ਮਿੱਤਰ ਕੀੜੇ ਆਏ, ਫਿਰ ਹੌਲੀ ਹੌਲੀ ਮਨੁੱਖ ਦੀ ਉਤਪਤੀ ਜਿਹੜੀ ਸੀ ਹੋਈ। ਔਰ ਜਦੋਂ ਮਨੁੱਖ ਦੀ ਉਤਪਤੀ ਹੋਈ ਤਾਂ ਇਹਦੇ ਖਾਣ ਵਾਸਤੇ, ਪੀਣ ਵਾਸਤੇ ਵੀ ਸਵਸਥ ਫੂਡ ਚਾਹੀਦੀ ਆ, ਇਹਦੇ ਵਾਸਤੇ ਨਹੀਂ, ਟੋਟਲ ਲਕਾਈ ਵਾਸਤੇ, ਆਲ ਲਿਵਿੰਗ ਥਿੰਗ, ਪੌਦਾ ਵੀ ਖੁਰਾਕ ਲੈ ਰਿਹਾ, ਕੀੜੇ ਵੀ ਖੁਰਾਕ ਲੈ ਰਹੇ ਆ, ਮਨੁੱਖ ਵੀ ਖੁਰਾਕ ਲੈ ਰਿਹਾ, ਔਰ ਉਹ ਖੁਰਾਕ ਜਿਹੜੀ ਆ ਉਹ ਬਰਬਾਦ ਨਹੀਂ ਹੋਣੀ ਚਾਹੀਦੀ। ਜੀ ਬਿਲਕੁਲ, ਚੰਗੀ ਜ਼ਿੰਦਗੀ ਦੇ ਵਾਸਤੇ ਚੰਗੀ ਸਿਹਤ ਦਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਗੱਲ ਕਰੀਏ ਕੁਦਰਤੀ ਖੇਤੀ ਦੀ, ਤਾਂ ਜਿਹੜਾ ਇੱਕ ਕਨਸੈਪਟ ਹੈ ਇਹਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ, ਇਸ ਬਾਰੇ ਥੋੜ੍ਹਾ ਤੁਹਾਨੂੰ ਦੱਸੋ। ਦੇਖੋ ਜੀ, ਪਿੰਗਲਵਾੜਾ ਸੁਸਾਇਟੀ ਨੇ ਸੁਭਾਸ਼ ਪਾਲਕਰ ਜੀ ਨੂੰ ਬੁਲਾ ਕੇ 2006 ਦੇ ਵਿੱਚ ਇਹਦੀ ਸ਼ੁਰੂਆਤ ਕਰ ਦਿੱਤੀ ਸੀਗੀ। ਫਿਰ ਮੋਦੀ ਜੀ ਪ੍ਰਧਾਨ ਮੰਤਰੀ ਆਏ, ਉਹਨਾਂ ਨੇ ਵੀ ਇਸ ਪਾਸੇ, ਮੈਂ ਵੀ IIT ਦਿੱਲੀ ਵਿਖੇ ਇੱਕ ਸੈਮੀਨਾਰ ਉਹਨਾਂ ਬੁਲਾਇਆ ਸੀ ਮੈਨੂੰ, ਵੀ ਉੱਥੇ ਬੋਲਣ ਦਾ ਮੌਕਾ ਮਿਲਿਆ, ਔਰ ਉਹਨਾਂ ਨੇ ਵੀ ਇਸ ਪਾਸੇ ਬਹੁਤ ਉਤਸ਼ਾਹ ਵਿਖਾਇਆ, ਔਰ ਉਹਨਾਂ ਨੇ ਸਾਡੇ ਕੋਲ 5 ਸਟੇਟਾਂ ਦਾ ਜਿਹੜਾ ਸੈਮੀਨਾਰ ਸੀਗਾ ਉਹ 2016 ਦੇ ਵਿੱਚ ਕਰਾਇਆ ਗਿਆ, ਜਿਹਦੇ ਵਿੱਚ ਵੱਖ ਵੱਖ ਕਿਸਾਨਾਂ ਨੂੰ ਬੁਲਾ ਕੇ ਔਰ ਉਹ ਦੱਸਿਆ ਗਿਆ ਕਿ ਕੁਦਰਤੀ ਖੇਤੀ ਜਿਹੜੀ ਆ ਅਸੀਂ ਕਿਵੇਂ ਕਰ ਸਕਦੇ ਹਾਂ, ਔਰ ਕੁਦਰਤੀ ਖੇਤੀ ਦੁਆਰਾ ਅਨਾਜ ਜਿਹੜਾ ਪੈਦਾ ਕੀਤਾ ਜਾਂਦਾ, ਫਰੂਟ ਪੈਦਾ ਕੀਤਾ ਜਾਂਦਾ ਆ, ਉਹਦੀ ਬਹੁਤ ਡਿਮਾਂਡ ਆ। ਔਰ ਬਾਬੇ ਨਾਨਕ ਨੇ ਸਾਨੂੰ 2100 ਸਾਲ ਪਹਿਲਾਂ, 500 ਸਾਲ ਤੋਂ ਉੱਪਰ ਜਾਈਏ, ਤੇ ਉਹਨਾਂ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ, ਹਾਂਜੀ, ਤੇ ਅਸੀਂ ਉਹ ਭੁੱਲ ਗਏ, ਸਾਨੂੰ ਭੁੱਲਣਾ ਨਹੀਂ ਸੀ ਚਾਹੀਦਾ, ਸਾਨੂੰ ਆਪਣੇ ਚੇਨ ਦੇ ਵਿੱਚ ਬਿਠਾਉਣਾ ਚਾਹੀਦਾ ਸੀਗਾ ਕਿ 1000 ਸਾਲ ਪਹਿਲਾਂ
ਕੁੱਲ ਪਰਮੇਸ਼ਰ ਬਾਬਾ ਨਾਨਕ ਜਿਹੜਾ ਸੀ ਸਾਨੂੰ ਸਮਝਾ ਗਿਆ ਅਤੇ ਅਸੀਂ ਨਹੀਂ ਸਮਝੇ। ਫਿਰ ਉਸ ਤੋਂ ਬਾਅਦ ਸਮੇਂ ਸਮੇਂ ਹੋਰ ਬਹੁਤ ਮਹਾਂਪੁਰਸ਼ ਜਿਹੜੇ ਸੀ ਇਸ ਵਿਸ਼ੇ 'ਤੇ ਸਾਡੇ ਗੁਰੂ ਸਾਹਿਬਾਂ ਨੇ ਵੀ ਕੰਮ ਕੀਤਾ ਔਰ ਕਿੰਨਾ ਪੇੜ ਪੌਦਿਆਂ ਵੱਲ ਧਿਆਨ ਦਿੱਤਾ ਕਿ ਰੁੱਖ ਹੈ ਮਨੁੱਖ ਹੈ ਰੁੱਖ ਨਹੀਂ ਮਨੁੱਖ ਨਹੀਂ। ਭਗਤ ਪੂਰਨ ਸਿੰਘ ਜੀ ਨੇ ਇੰਨਾ ਲਿਟਰੇਚਰ ਛਪਾ ਕੇ ਵੰਡਿਆ ਪਾਣੀਆਂ 'ਤੇ, ਮੈਂ ਬਹੁਤ ਸਾਰਾ ਲਿਟਰੇਚਰ ਲੈ ਕੇ ਵੀ ਆਇਆ ਜਿਹੜਾ ਪਰਾਲੀ ਸਾੜਨ ਦੇ ਭਿਆਨਕ ਸਿੱਟੇ, ਹਰੀ ਕ੍ਰਾਂਤੀ ਦੇ ਭਿਆਨਕ ਸਿੱਟੇ, ਕੁਦਰਤੀ ਖੇਤੀ ਕਿਵੇਂ ਕਰੀਏ, ਪ੍ਰਦੂਸ਼ਿਤ ਵਾਤਾਵਰਨ, ਔਰ ਇਹ ਬਹੁਤ ਸਾਰਾ ਲਿਟਰੇਚਰ ਜਿਹੜਾ ਆ ਪਿੰਗਲਵਾੜਾ ਸੁਸਾਇਟੀ ਵੱਲੋਂ ਮੰਦਰ ਗੁਰਦੁਆਰਾ ਔਰ ਜਿੱਥੇ ਕਿਤੇ ਪਬਲਿਕਲੀ ਸੰਮੇਲਨ ਹੁੰਦੇ ਨੇ ਉੱਥੇ ਵੰਡਿਆ ਜਾਂਦਾ। ਇਸ ਕਰਕੇ ਵੰਡਿਆ ਜਾਂਦਾ ਕਿਉਂਕਿ ਲੋਕ ਪੜ੍ਹਨ ਅਤੇ ਸਾਨੂੰ ਇਹਦੇ ਬਾਰੇ ਧਿਆਨ ਦਿੱਤਾ ਜਾਵੇ ਜੀ। ਅਤੇ ਕੁਦਰਤੀ ਖੇਤੀ ਦੇ ਵਿੱਚ ਅਲੱਗ ਅਲੱਗ ਜਿਹੜੇ ਸਾਧਨ ਕੁਦਰਤੀ ਤੌਰ 'ਤੇ ਇਸਤੇਮਾਲ ਕੀਤੇ ਜਾਂਦੇ ਨੇ, ਉਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੇਖੋ। ਮੈਂ ਦੱਸਣਾ ਚਾਹਾਂਗਾ ਜੀ, ਸਭ ਤੋਂ ਪਹਿਲਾਂ ਤਾਂ ਬੀਜ ਅੰਮ੍ਰਿਤ, ਬੀਜ ਅੰਮ੍ਰਿਤ ਜਿਹੜਾ ਆ ਬੀਜਾਂ ਨੂੰ ਸੋਧਣ ਵਾਸਤੇ ਤੁਸੀਂ ਕੈਮੀਕਲ ਨਾ ਲਾਓ ਉਹਦੇ ਵਿੱਚ। ਅਸੀਂ ਦੇਸੀ ਗਊ ਜਾਂ ਮੱਝ ਦਾ ਯੂਰਨ ਗੋਬਰ ਔਰ ਉਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਬੁਝਿਆ ਹੋਇਆ ਚੂਨਾ ਮਿਲਾ ਕੇ ਅਤੇ ਉਹ ਸਮਤਾ ਅਨੁਸਾਰ ਉਹਦੇ 'ਚ ਪਾਣੀ ਮਿਲਾ ਕੇ ਕਿ ਬੀਜ ਕਿੰਨਾ ਆ ਉਹਨੂੰ ਥੋੜ੍ਹਾ ਜਿਹਾ ਡੁਬੋ ਕੇ, ਜਿਹੜਾ ਪਤਲੇ ਛਿਲਕੇ ਵਾਲਾ ਬੀਜ ਆ ਉਹਨੂੰ ਅਸੀਂ ਮਤਲਬ 2-4-10 ਮਿੰਟ ਡੁਬੋਨੇ ਆ, ਜਿਹੜਾ ਹੈਵੀ ਛਿਲਕੇ ਵਾਲਾ ਉਹਨੂੰ ਅਸੀਂ 2-4-6 ਘੰਟੇ ਵੀ ਡੁਬੋ ਦਿੰਦੇ ਹਾਂ, ਉਹਦੇ ਨਾਲ ਬੀਜ ਸੋਧਦੇ ਹਾਂ। ਉਸ ਤੋਂ ਬਾਅਦ ਫਿਰ ਅਸੀਂ ਆ ਜਾਂਦੇ ਜੀਵ ਅੰਮ੍ਰਿਤ। ਜੀਵ ਅੰਮ੍ਰਿਤ ਆ ਜਿਹੜੇ ਜੀਵਾਂ ਨੂੰ ਡਿਵੈਲਪ ਕਰੇਗਾ। ਦਰਸ਼ਕਾਂ ਨੂੰ ਪਤਾ ਹੀ ਆ, ਕਿਸਾਨ ਵੀਰਾਂ ਨੂੰ ਪਤਾ ਹੀ ਆ ਕਿ 85% ਸਾਡੇ ਮਿੱਤਰ ਕੀੜੇ ਵਾਯੂਮੰਡਲ ਦੇ ਵਿੱਚ ਔਰ ਧਰਤੀ ਦੇ ਵਿੱਚ ਕੁੱਲ ਮਿਲਾ ਕੇ, ਔਰ 15% ਸਾਡੇ ਦੁਸ਼ਮਣ ਕੀੜੇ ਆ। ਹੁਣ 85% ਸਾਡੇ ਮਿੱਤਰ ਕੀੜੇ ਜਿਹੜੇ ਸਾਡੇ ਵਾਸਤੇ ਦਿਨ ਰਾਤ ਕੰਮ ਕਰ ਰਹੇ ਆ, ਅਸੀਂ ਉਹਨਾਂ ਨੂੰ ਕੈਮੀਕਲ ਪਾ ਕੇ, ਅਸੀਂ ਰਾਊਂਡਅਪ ਪਾ ਕੇ, ਅਸੀਂ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਛਿੜਕੇ ਉਹਨਾਂ ਨੂੰ ਬਰਬਾਦ ਕਰ ਰਹੇ ਹਾਂ। ਔਰ ਕਿਉਂ ਬਰਬਾਦ ਕਰ ਰਹੇ ਹਾਂ? ਕਿਉਂਕਿ ਉਹ ਤਾਂ ਸਾਡੇ ਲਈ ਕੰਮ ਕਰ ਰਹੇ ਆ। ਮੇਰੇ ਕੋਲ ਬਹੁਤ ਸਾਰੇ ਸਟੂਡੈਂਟ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਆਉਂਦੇ, ਮੈਂ ਉਹਨਾਂ ਨੂੰ ਜਦੋਂ ਪੁੱਛਦਾ ਵੀ ਤੁਹਾਡੇ ਮਾਂ ਪਿਓ ਨੇ ਤੁਹਾਡੀ ਰੈਸਟ ਹਾਊਸ ਬਣਾਇਆ, ਕਮਰਾ ਬਣਾਇਆ, ਔਰ ਤੁਸੀਂ ਇਹ ਦੱਸੋ ਵੀ ਸਾਡੇ ਜਿਹੜੇ ਮਿੱਤਰ ਕੀਟ ਉਹਨਾਂ ਦਾ ਰੈਸਟ ਹਾਊਸ ਕਿਹੜਾ? ਉਹ ਫਿਰ ਡੋਰ ਭੋਰਾ ਦੇਖਣ ਲੱਗ ਪੈਂਦੇ ਆ। ਫਿਰ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਜਿਹੜੀ ਖੇਤ ਦੀ ਬਾਉਂਡਰੀ ਆ, ਖੇਤ ਦੀ ਵੱਟ ਆ ਜਿਹਦੇ ਉੱਤੇ ਘਾਹ ਹੁੰਦਾ ਆ, ਉਹ ਸਾਡੇ ਮਿੱਤਰ ਕੀੜੇ ਜਿਹੜੇ ਆ ਉਹਨਾਂ ਦੇ ਉਹਦੇ 'ਚ ਐੱਗ ਵੀ ਆ, ਉਹਦੇ ਵਿੱਚ ਜੀਵ ਆ, ਇਹ ਉਹਨਾਂ ਦਾ ਰੈਸਟ ਹਾਊਸ ਆ, ਔਰ ਉਹਨਾਂ ਨੇ ਉੱਥੋਂ ਅੱਗੇ ਡਿਵੈਲਪ ਹੋ ਕੇ ਸਾਡੇ ਵਾਸਤੇ ਦਿਨ ਰਾਤ ਕੰਮ ਕਰਨਾ ਹੁੰਦਾ ਜੀ। ਯਾਨੀ ਮਿੱਤਰ ਕੀੜੇ ਜਿਹੜੇ ਨੇ ਉਹ ਕਾਫੀ ਹੱਦ ਤੱਕ ਜਿਹੜਾ ਉਪਜਾਊ ਸ਼ਕਤੀ ਨੂੰ ਵੀ ਦਿਨ ਰਾਤ ਕੰਮ ਕਰਦੇ ਸਾਡੇ ਵਾਸਤੇ ਜੀ। ਰਾਜਵੀਰ ਜੀ, ਜੇ ਅਸੀਂ ਗੱਲ ਕਰੀਏ ਕੁਦਰਤੀ ਖੇਤੀ ਦੀ, ਤਾਂ ਜਦੋਂ ਅਸੀਂ ਗੱਲ ਕਰਦੇ ਹਾਂ ਕੁਦਰਤੀ ਖੇਤੀ ਦੀ, ਤਾਂ ਇਹਦਾ ਕਰਨ ਦਾ ਇੱਕ ਮੈਥਡ ਹੈ, ਇੱਕ ਤਰੀਕਾ ਜੀ, ਥੋੜ੍ਹਾ ਜਿਹਾ ਉਹਦੇ ਬਾਰੇ ਵਿਸਥਾਰ ਨਾਲ ਦੱਸੋ ਕਿ ਕਿੱਦਾਂ ਕਿੱਦਾਂ ਮਤਲਬ ਕਿਸਾਨ ਵੀਰ ਜਿਹੜਾ ਇਸ ਨਾਲ ਜੁੜ ਕੇ ਮੁਨਾਫਾ ਵੀ ਕਮਾ ਸਕਦਾ ਹੈ। ਦੇਖੋ ਜੀ, ਜਿਹੜੀ ਸਾਡੀ ਭਾਰਤ ਦੀ ਪ੍ਰਾਂਤਨ ਸਭਤਾ ਆ ਔਰ ਇਹਦੇ 'ਤੇ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ, ਹੋਰ ਵੀ ਜਿਹੜੇ ਧਾਰਮਿਕ ਗ੍ਰੰਥ ਹੈਗੇ ਨੇ, ਉਹਨਾਂ ਦੇ ਵਿੱਚ ਵੀ ਸਾਨੂੰ ਉਪਦੇਸ਼ ਦਿੱਤਾ ਗਿਆ ਆ। ਹੁਣ ਜਿਵੇਂ ਅਸੀਂ ਕੁਦਰਤੀ ਖੇਤੀ ਦੇ ਵਿੱਚ ਰਿਕਮੈਂਡ ਕਰਦੇ ਹਾਂ ਇੰਡੀਅਨ ਗਾਂ, ਜਿਹਦਾ ਰੋਜ਼ ਦਾ ਜਿਹੜਾ ਯੂਰਨ ਆ ਉਹ 9-10 ਕੇਜੀ ਹੁੰਦਾ, 10-12 ਕੇਜੀ ਉਹਦਾ ਗੋਬਰ ਹੁੰਦਾ ਆ। 30 ਏਕੜ ਦੀ ਖੇਤੀ ਕਰਨ ਵਾਸਤੇ ਇੱਕ ਗਾਂ, ਜੇ ਸਾਡੇ ਕੋਲ ਗਾਂ ਨਹੀਂ ਹੈਗੀ ਤਾਂ ਮੱਝ ਦਾ ਗੋਬਰ ਵੀ ਚੱਲੇਗਾ, ਹੋਸਟਨ ਜਰਸੀ ਗਾਵਾਂ ਨਹੀਂ, ਕਿਉਂਕਿ ਉਹ ਜਦੋਂ ਫੂਡ ਡਾਈਜੈਸਟ ਕਰਦੀਆਂ ਨੇ ਉਹ ਚਗਾਲੀ ਘੱਟ ਕਰਦੀਆਂ, ਜਿਵੇਂ ਤੁਹਾਡੇ ਗਲੇ 'ਚ ਗਲੈਂਡ ਨੇ ਤਾਂ ਤੁਸੀਂ ਬੁਰਕੀ 'ਚ ਬਾਈ 28-32 ਵਾਰ ਔਰ ਉਸ ਤੋਂ ਬਾਅਦ ਪੈਂਕ ਕਰਿਆ, ਫਿਰ ਡਾਈਜੈਸਟਮ ਸਿਸਟਮ ਹੈ, ਇਸ ਤਰ੍ਹਾਂ ਹੀ ਪਸ਼ੂ ਆਪਣੇ ਮੇਦੇ 'ਚ ਫੂਡ ਸੁੱਟ ਲੈਂਦਾ ਫਿਰ ਚਗਾਲੀ ਕਰਦਾ। ਖੇਤੀ ਹੈ ਉਸਦੇ ਵਿੱਚ ਇੱਕ ਸਾਇੰਸ ਛਿਪੀ ਹੋਈ ਹੈ ਉਸਦੇ ਵਿੱਚ। ਜੀ ਜੀ ਬਿਲਕੁਲ ਬਿਲਕੁਲ, ਆਪਾਂ ਤੁਹਾਡੇ ਤੋਂ ਹੋਰ ਵੀ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਲੈਣੀ ਹੈ। ਇੱਥੇ ਆਪਾਂ ਇੱਕ ਫੋਨ ਕਾਲ ਦੇ ਲਈ ਰੁਕ ਰਹੇ ਹਾਂ। ਜੀ ਵੈਲਕਮ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜੀ ਗੁਰਚਰਨ ਸਿੰਘ ਜੀ, ਸਵਾਗਤ ਕਰਦੇ ਹਾਂ, ਕੀ ਸਵਾਲ ਪੁੱਛਣਾ ਚਾਹੋਗੇ? ਹੈਲੋ, ਹਾਂਜੀ ਗੁਰਚਰਨ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਣਾ ਸਵਾਲ ਰੱਖੋ ਜੀ। ਹਾਂਜੀ, ਮੇਰਾ ਸਵਾਲ ਹੈ ਜੀ, ਅਸੀਂ ਇੱਥੇ ਉੜਦ ਦੀ ਖੇਤੀ ਤੇ ਸੋਇਆਬੀਨ ਦੀ ਖੇਤੀ ਕਰਦੇ ਹਾਂ ਜੀ, ਤੇ ਉਹਦੇ ਵਿੱਚ ਸਾਨੂੰ ਡੀਏਪੀ ਤੇ ਯੂਰੀਆ ਦੀ ਵੀ ਵਰਤੋਂ ਪੈਂਦੀ ਹੈ ਤੇ ਜੀ ਜੀ, ਯਾਨੀ ਕਿ ਫਿਰ ਵੀ ਅਸੀਂ ਨਾ ਅੱਗੇ ਸਾਨੂੰ ਜਿੱਦਾਂ ਫਫੂੰਦੀ ਰੋਗ ਲੱਗ ਜਾਂਦਾ ਹੈ ਤੇ ਸਪਰੇਆਂ ਵੀ ਕਰਨੀਆਂ ਪੈਂਦੀਆਂ ਜੀ, ਫਿਰ ਸਾਡਾ ਹਾਂਜੀ ਕਾਫੀ ਉਹ ਚ ਮਤਲਬ ਸਪਰੇ ਹੋ ਜਾਂਦੀ ਹੈ ਤੇ ਉਹ ਚੀਜ਼ ਬਣਦੀ ਨੀ, ਕੀ ਅਸੀਂ ਜੈਵਿਕ ਖੇਤੀ ਨਾਲ ਅਸੀਂ ਉੜਦ ਦੀ ਤੇ ਸੋਇਆਬੀਨ ਦੀ ਖੇਤੀ ਕਰ ਸਕਦੇ ਹਾਂ ਜੀ? ਜੀ ਹਾਂਜੀ, ਸੁਰਾਗ ਚੰਦ ਸਿੰਘ ਜੀ, ਤੁਸੀਂ ਬਿਲਕੁਲ ਕਰ ਸਕਦੇ ਹੋ, ਕਿਉਂਕਿ ਜਿਹੜੀ ਤੁਸੀਂ ਇਹਦੀ ਫੰਗਸ ਦੀ ਗੱਲ ਕੀਤੀ ਆ, ਫੰਗਸ ਵਾਸਤੇ ਤੁਸੀਂ ਖੱਟੀ ਲੱਸੀ ਜਿਹੜੀ ਅਸੀਂ ਦਹੀਂ ਜਮਾਉਂਦੇ ਸੀ, ਖੱਟੀ ਲੱਸੀ ਤਿਆਰ ਕਰਦੇ ਸੀਗੀ, ਤੁਸੀਂ ਖੱਟੀ ਲੱਸੀ ਜਿਹੜੀ ਆ 5-7 ਏਕੜ ਉਹਦੇ ਵਿੱਚ 100 ਲੀਟਰ ਪਾਣੀ ਮਿਲਾ ਕੇ ਉਹਦੀ ਸਪਰੇ ਕਰੋਗੇ ਤਾਂ ਫੰਗਸ ਖਤਮ ਹੋ ਗਈ, ਜਿਵੇਂ ਤੁਹਾਡੇ ਸਿਰਾਂ 'ਚ ਸਿੱਕਰੀ ਹੁੰਦੀ ਸੀ, ਲੱਸੀ ਨਾਲ ਸਿਰ ਨਹਾਉਂਦੇ ਸੀ, ਸਿੱਕਰੀ ਨਹੀਂ ਸੀ ਹੁੰਦੀ। ਜਿਹੜੀ ਫਰਟੇਲਾਈਜ਼ਰ ਤੁਸੀਂ ਪਾ ਰਹੇ ਹੋ ਉਹਦੇ ਵਾਸਤੇ ਜੀਵ ਅੰਮ੍ਰਿਤ, ਜੀਵ ਅੰਮ੍ਰਿਤ ਜਿਹੜਾ ਆ ਉਹਦੇ ਵਿੱਚ ਅਸੀਂ 5 ਕਿਲੋ ਗੋਬਰ, 5 ਕਿਲੋ ਯੂਰਨ ਔਰ 2 ਕੇਜੀ ਦੋ ਦਲੀ ਦਾਲ ਦਾ ਆਟਾ, ਜੇ ਤੁਹਾਡੇ ਕੋਲ ਗੰਨੇ ਦਾ ਰਸ ਹੈਗਾ ਤਾਂ ਤੁਸੀਂ 8-10 ਕੇਜੀ ਗੰਨੇ ਦਾ ਰਸ ਪਾ ਲਓ ਜਾਂ 2 ਕੇਜੀ ਗੁੜ ਪਾ ਲਓ, ਇਹਨੂੰ
ਤੁਸੀਂ 48 ਘੰਟੇ ਬਾਅਦ ਜੀਵ ਅੰਮ੍ਰਿਤ ਜਿਹੜਾ ਆ ਬਰਤਨ ਜਿਹੜਾ ਤੁਹਾਡੇ ਕੋਲ ਕੋਈ ਪਲਾਸਟਿਕ ਦਾ ਹੋਵੇ ਛਾਵੇਂ ਭਿਉਂ ਕੇ ਉਹਦੇ ਵਿੱਚ ਰੋਜ਼ 24 ਘੰਟੇ 'ਚ ਇੱਕ ਵਾਰ ਡੰਡਾ ਘੁਮਾ ਦਿਓ ਕਿਉਂਕਿ ਆਕਸੀਜਨ ਜਿਹੜੀ ਉਹਦੇ 'ਚ ਮਿਕਸ ਹੋਵੇ ਔਰ ਉਹਦੇ ਵਿੱਚ ਬੜੇ ਜੀਵਾਣੂ ਜਿਹੜੇ ਆ ਉਹ ਪੈਦਾ ਹੋਣਗੇ ਉਹਨੂੰ ਤੁਸੀਂ ਪੁਣ ਕੇ 100 ਲੀਟਰ ਪਾਣੀ ਮਿਲਾ ਕੇ ਖੇਤ ਦੇ ਵਿੱਚ ਜਿਹੜੀ ਆ ਉਹ ਸਪਰੇਅ ਕਰੋ ਔਰ ਤੁਹਾਨੂੰ ਕਿਸੇ ਵੀ ਫਰਟੀਲਾਈਜ਼ਰ ਦੀ ਲੋੜ ਨਹੀਂ ਜਾਂ ਤੁਸੀਂ ਸਾਡੇ ਕੋਲ ਆਣ ਕੇ ਫਾਰਮ 'ਤੇ ਇਹ ਸਾਰੀ ਵਿਧੀ ਦੇਖ ਸਕਦੇ ਹੋ ਔਰ ਅਸੀਂ ਬਹੁਤ ਸਾਰੀਆਂ ਬੁੱਕਸ ਜਿਹੜੀਆਂ ਆ ਉਹ ਛਪਾਈਆਂ ਹੋਈਆਂ ਆ ਔਰ ਤੁਸੀਂ ਇਹ ਕਿਤਾਬ ਜਿਹੜੀ ਹਿੰਦੀ 'ਚ ਵੀ ਛਪੀ ਹੋਈ ਆ ਪੰਜਾਬੀ 'ਚ ਵੀ ਛਪੀ ਹੋਈ ਆ ਔਰ ਇਹ ਬੁੱਕ ਲੈ ਕੇ ਇਹਦੇ ਤੋਂ ਸਾਰੀ ਵਿਧੀ ਜਿਹੜੀ ਆ ਤੁਸੀਂ ਇਹ ਨੋਟ ਕਰ ਸਕਦੇ ਹੋ ਇਹਦੇ ਵਿੱਚੋਂ ਤੁਹਾਨੂੰ ਪੜ੍ਹ ਕੇ ਕੋਈ ਕੁਐਸਚਨ ਮੈਨੂੰ ਕਰਨਾ ਹੋਵੇ ਟੈਲੀਫੋਨ ਨੰਬਰ ਮੇਰਾ ਦਿੱਤਾ ਹੋਇਆ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਤੁਸੀਂ ਗੱਲ ਕੀਤੀ ਸੋਇਆਬੀਨ ਦੀ ਸੋਇਆਬੀਨ ਦੀ ਖੇਤੀ ਜਿਹੜੀ ਆ ਉਹ ਅਸੀਂ ਵੀ ਕੀਤੀ ਸੀਗੀ ਔਰ ਸੋਇਆਬੀਨ ਜਿਹੜੀ ਆ ਇਹ ਇਹਦੇ ਤੋਂ ਦੁੱਧ ਵੀ ਤਿਆਰ ਹੁੰਦਾ ਪਨੀਰ ਵੀ ਤਿਆਰ ਹੁੰਦਾ ਪਰ ਮੈਂ ਵਿਗਿਆਨੀਆਂ ਨੂੰ ਬੇਨਤੀ ਕੀਤੀ ਐਗਰੀਕਲਚਰ ਡਿਪਾਰਟਮੈਂਟ ਨੂੰ ਕਿ ਇਹ ਕੀ ਧਰਤੀ ਦੇ ਵਿੱਚ ਕੋਈ ਲੈਡ ਪੈਦਾ ਕਰ ਰਹੀ ਆ ਤੁਸੀਂ ਇਹਦੇ ਬਾਰੇ ਵੀ ਖੋਜ ਕਰੋ ਉਹਦੇ ਬਾਰੇ ਵੀ ਉਹ ਖੋਜ ਕਰ ਰਹੇ ਜੀ ਤੇ ਇਸ ਕਾਲ ਤੋਂ ਪਹਿਲਾਂ ਆਪਾਂ ਬਹੁਤ ਇੱਕ ਮਹੱਤਵਪੂਰਨ ਸਵਾਲ ਤੁਸੀਂ ਪੁੱਛਿਆ ਸੀ ਦੇਵ ਜੀ ਉਸ ਬਾਰੇ ਆਪਾਂ ਗੱਲ ਕਰ ਰਹੇ ਸੀ ਕੁਦਰਤੀ ਖੇਤੀ ਦੇ ਵਿੱਚ ਜਿਹੜੇ ਜਿਹੜੇ ਢੰਗ ਤਰੀਕੇ ਇਸਤੇਮਾਲ ਕੀਤੇ ਜਾਂਦੇ ਨੇ ਤੁਸੀਂ ਦੱਸਿਆ ਕਿ ਮੱਝ ਜਾਂ ਗਾਂ ਦਾ ਜਿਹੜਾ ਗੋਬਰ ਹੈ ਉਹ ਅਸੀਂ ਇਸਤੇਮਾਲ ਕਰ ਸਕਦੇ ਹਾਂ ਇਸ ਤੋਂ ਇਲਾਵਾ ਹੋਰ ਕਿਹੜੇ ਕੁਦਰਤੀ ਖੇਤੀ ਦੇ ਢੰਗ ਤਰੀਕੇ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਕਿ ਸਾਨੂੰ ਕੋਈ ਗੱਡਿਆਂ ਦੇ ਗੱਡੇ ਰੂੜੀ ਦੀ ਲੋੜ ਨਹੀਂ ਗੀ ਕਿਉਂਕਿ 1 ਗ੍ਰਾਮ ਗੋਬਰ ਜਿਹੜਾ ਸਾਡੀਆਂ ਇੰਡੀਅਨ ਪਰੰਪਰਾਗਤ ਸਾਡੀਆਂ ਗਾਵਾਂ ਨੇ ਉਹਦੇ ਵਿੱਚ ਕਈ ਕਰੋੜ ਜੀਵਾਣੂ ਆ ਜਿਹੜੇ ਧਰਤੀ ਦੀ ਉਪਜਾਊ ਸ਼ਕਤੀ ਬਣਾਉਂਦੇ ਆ ਔਰ ਉਹਦੇ ਵਾਸਤੇ ਮੈਂ ਜਿਵੇਂ ਬੇਨਤੀ ਕੀਤੀ ਆ ਗੁਰਚੰਦ ਸਿੰਘ ਹਰਾਂ ਨੂੰ ਦੱਸਿਆ ਕਿ 1 ਗਾਂ 30 ਏਕੜ ਦੀ ਖੇਤੀ ਵਾਸਤੇ ਸਾਨੂੰ ਬਹੁਤ ਹੈਗੀ ਆ ਔਰ ਜੇ ਅਸੀਂ ਇਹ ਵਿਧੀ ਜਿਹੜੀ ਸੁਭਾਸ਼ ਪਾਲਕਰ ਜੀ ਨੇ ਪਿੰਗਲਵਾੜੇ ਦੇ ਵਿੱਚ ਭੈਣ ਇੰਦਰਜੀਤ ਕੌਰ ਨੇ 2006 ਦੇ ਵਿੱਚ ਸੈਮੀਨਾਰ ਕਰਾਇਆ ਔਰ ਉਹਦੇ ਵਿੱਚ ਇੱਕ ਨੋਟ ਕਰਕੇ ਅਸੀਂ ਇਹ ਬੁੱਕ ਤਿਆਰ ਕੀਤੀ ਔਰ ਉਸ ਵਿਧੀ ਦੇ ਨਾਲ ਜਿਵੇਂ ਅਸੀਂ ਜੀਵ ਅੰਮ੍ਰਿਤ ਬਣਾਉਂਦੇ ਹਾਂ ਬੀਜ ਅੰਮ੍ਰਿਤ ਬਣਾਉਂਦੇ ਹਾਂ ਇਵੇਂ ਅਸੀਂ ਅਨੁਸ਼ਾਸਨ ਢੱਕਣਾ ਵਾਸਪਾ ਪੱਤਰ ਇਹਦੇ 'ਤੇ ਜ਼ੋਰ ਦਿੰਦੇ ਹਾਂ ਜਿੰਨੀ ਬਾਇਓਮਾਸ ਸਾਡੇ ਕੋਲ ਵੇਸਟੇਜ ਫਸਲੀ ਕਮਾਦ ਦੀ ਖੋਰੀ ਆ ਪਰਾਲੀ ਆ ਔਰ ਕਣਕ ਦਾ ਨਾੜ ਆ ਔਰ ਸਬਜ਼ੀਆਂ ਦੀ ਵੇਸਟੇਜ ਜਦੋਂ ਸਬਜ਼ੀਆਂ ਜਿਹੜੀਆਂ ਆ ਉਹ ਖਤਮ ਹੋ ਜਾਂਦੀਆਂ ਆ ਘੀਆ ਆ ਕਾਲੀ ਤੋਰੀ ਆ ਹੋਰ ਬਹੁਤ ਸਾਰੀ ਜਿੰਨੀ ਵੀ ਵੇਸਟੇਜ ਹੈਗੀ ਆ ਇਹ ਅਸੀਂ ਮਲਚਿੰਗ ਕਰਦੇ ਹਾਂ ਅੱਜ ਵੀ ਤੁਸੀਂ ਆਣ ਕੇ ਸਾਡੇ ਕੋਲ ਹਲਦੀ ਦੀ ਖੇਤੀ ਦੇਖੋ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਆਲ ਇੰਡੀਆ ਦੇ ਵਿੱਚ ਪਾਪੂਲਰਾਂ ਦੇ ਵਿੱਚ ਹਲਦੀ ਉਹੋ ਜਿਹੀ ਨਹੀਂ ਕਿਤੇ ਹੋਵੇਗੀ ਇੰਨੀ ਸ਼ਾਨਦਾਰ ਹਲਦੀ ਆ ਲੋਕ ਸਾਨੂੰ ਪੁੱਛ ਲੈਂਦੇ ਆ ਕਿ ਇਹ ਕੇਲੇ ਦੀ ਖੇਤੀ ਆ ਕਿ ਹਲਦੀ ਦੀ ਖੇਤੀ ਆ ਮੈਂ ਜੀ ਸੌਰੀ ਜੇ ਹਲਦੀ ਦੀ ਖੇਤੀ ਆ ਤੁਸੀਂ ਦੇਖੋ ਭਾਵ ਕਹਿਣ ਤੋਂ ਕਿ ਉਹਦੇ 'ਤੇ ਅਸੀਂ ਮਲਚਿੰਗ ਕਰ ਦਿੱਤੀ 2 ਇੰਚ ਮੋਟਾ ਸਟਰਾਅ ਜਿਹੜਾ ਸੀ ਮਲਚਿੰਗ ਕਰ ਦਿੱਤੀ ਉਹਦੇ 'ਚ ਹਲਦੀ ਨੂੰ 10 ਤੋਂ 11 ਗੋਡੀਆਂ ਕਰਨੀਆਂ ਪੈਂਦੀਆਂ ਸਾਨੂੰ 1 ਵੀ ਗੋਡੀ ਨਹੀਂ ਕਰਨੀ ਪਈ ਔਰ ਇਵੇਂ ਤੁਸੀਂ ਲਸਣ ਜਿਹੜੇ ਤਿੱਖੀ ਨੋਕ ਵਾਲੇ ਪੌਦੇ ਨੇ ਉਹ ਮਲਚਿੰਗ ਦੇ ਵਿੱਚ ਦੀ ਬਾਹਰ ਆ ਜਾਂਦੇ ਆ ਦੂਜੇ ਪੌਦੇ ਜਦੋਂ ਜਰਮੀਨੇਸ਼ਨ ਹੋ ਜਾਂਦੀ ਆ ਉਹਨਾਂ ਦੇ 3-3 ਪੱਤੇ ਬਣ ਜਾਂਦੇ ਉਹਦੇ ਵਿੱਚ ਤੁਸੀਂ ਮਲਚਿੰਗ ਜਿਹੜੀ ਆ ਕਰ ਸਕਦੇ ਹੋ ਔਰ ਮਲਚਿੰਗ ਜਿਹੜੀ ਆ ਮਲਚਿੰਗ ਜਿਹੜੀ ਸਟਰਾ ਜਿਹੜਾ ਅਸੀਂ ਉੱਤੇ ਵਿਛਾਉਂਦੇ ਹਾਂ ਉਹਦੇ 'ਤੇ ਧਰਤੀ ਦੌਰਾਨ ਜਿਹੜਾ ਹੁਮਸ ਬਣਦਾ ਕਾਰਬਨ ਬਣਦਾ ਆ ਉਹ ਖੇਤ ਦੀ ਖੁਰਾਕ ਆ ਔਰ ਅਸੀਂ ਮਾਚਿਸ ਲਾ ਕੇ ਉਹਨੂੰ ਜਲਾ ਦਿੰਦੇ ਹਾਂ ਔਰ ਇਸ ਤਰ੍ਹਾਂ ਹੀ ਅਸੀਂ ਬਹੁਤ ਸਾਰੀਆਂ ਬੁੱਕਸ ਮੈਂ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਲੈ ਕੇ ਆਏ ਅਸੀਂ ਪ੍ਰਦੂਸ਼ਣ ਤੇ ਵੀ ਲੈ ਕੇ ਆਏ ਆ ਲੱਗੀ ਅੱਗ ਪੰਜਾਬ ਦੇ ਪਾਣੀਆਂ ਨੂੰ ਇਹ ਜਿਹੀਆਂ ਬਹੁਤ ਸਾਰੀਆਂ ਬੁੱਕਸ ਜਿਹੜੀਆਂ ਦਰਸ਼ਕਾਂ ਨੂੰ ਬੇਨਤੀ ਆ ਕਿ ਪਿੰਗਲਵਾੜੇ ਦੇ ਹਰ ਗੁਰਦੁਆਰੇ ਦੇ ਬਾਹਰ ਸਟਾਲ ਲੱਗੇ ਹੋਏ ਆ ਤੁਸੀਂ ਇਹਨਾਂ ਨੂੰ ਬੁੱਕਸ ਨੂੰ ਲੈ ਕੇ ਜ਼ਰੂਰ ਪੜੋ ਔਰ ਜ਼ਹਿਰੀਲਾ ਪੌਣ ਪਾਣੀ ਤੇ ਧੜਕ ਦੀ ਜ਼ਿੰਦਗੀ ਜ਼ਹਿਰੀਲਾ ਪੌਣ ਪਾਣੀ ਕਿਉਂ ਹੋ ਗਿਆ ਲੱਗੀ ਅੱਗ ਪੰਜਾਬ ਦੇ ਪਾਣੀਆਂ ਨੂੰ ਬਹੁਤ ਬਹੁਤ ਹੀ ਸੋਹਣੇ ਜਿਹੜੇ ਉਪਰਾਲੇ ਆ ਔਰ ਤੁਸੀਂ ਕਾਫੀ ਕੁਝ ਕਰ ਰਹੇ ਹੋ ਜਾਗਰੂਕ ਕਰਨ ਵਾਸਤੇ ਕਿਸਾਨ ਵੀਰਾਂ ਨੂੰ ਔਰ ਅੱਗੇ ਮੈਂ ਦੱਸਣਾ ਚਾਹਾਂਗਾ ਕਿ ਰਾਜਵੀਰ ਜੀ ਮਾਫੀ ਚਾਹਾਂਗੇ ਅਸੀਂ ਇੱਥੇ ਰੁਕਾਂਗੇ ਇੱਕ ਗੀਤ ਵਾਸਤੇ ਦੇ ਲਈ ਸਾਡੇ ਪ੍ਰੋਗਰਾਮ ਦਾ ਨਾਮ ਹੈ ਗੱਲਾਂ ਤੇ ਗੀਤ ਤੇ ਦਰਸ਼ਕਾਂ ਨੂੰ ਗੀਤ ਦਿਖਾ ਦਈਏ ਗੀਤ ਤੋਂ ਬਾਅਦ ਦੁਬਾਰਾ ਇਹ ਚਰਚਾ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀਤ ਉਹਦੇ ਘਰ ਦਾ ਨੀ ਜਦੋਂ ਲੜਦਾ ਤੇ ਲਾਦੇ ਲਾਦੇ ਘਰ ਦਾ ਨੀ ਜਦੋਂ ਲੜਦਾ ਤੇ ਲਾਦੇ ਲਾਦੇ ਘਰ ਦਾ ਨੀ ਜਦੋਂ ਲੜਦਾ ਤੇ ਲਾਦੇ ਲਾਦੇ ਘਰ ਦਾ ਨੌਕਰ ਜਾਂਦੇ ਕੀ ਕੱਟ ਲਿਆਉਂਦੇ ਖਟ ਕੇ ਲਿਆਂਦਾ ਆਨਾ ਨੌਕਰ ਜਾਂਦੇ ਕੀ ਕੱਟ ਲਿਆਉਂਦੇ ਖਟ
ਨਰਮ ਕਾਲ ਜਾ ਬੋਤਲ ਵਰਗਾ ਗਲਵੇ ਮੇਰਾ ਨਰਮ ਕਾਲ ਜਾ ਬੋਤਲ ਵਰਗਾ ਗਲਵੇ ਮੇਰਾ ਨਰਮ ਕਾਲ ਜਾ ਵਗਦੀ ਰਾਵੀ ਦੇ ਵਿੱਚ ਉੱਡਣ ਪੰਬੀਰੀਆਂ ਵਗਦੀ ਰਾਵੀ ਦੇ ਵਿੱਚ ਉੱਡਣ ਪੰਬੀਰੀਆਂ ਵਰਤੋ ਵੀ ਰੋਵੇ ਪੈਣਾ ਮੰਗਣ ਜੰਦੀਰੀਆਂ ਵਰਤੋ ਵੀ ਰੋਵੇ ਪੈਣਾ ਮੰਗਣ ਜੰਦੀਰੀਆਂ ਵਰਤੋ ਵੀ ਰੋਵੇ ਪੈਣਾ ਮੰਗਣ ਜੰਦੀਰੀਆਂ ਬੱਲੇ ਬੱਲੇ ਨੀ ਮੋਢੇ ਉੱਤੋਂ ਬਾਹ ਟੁੱਟ ਗਈ ਬੱਲੇ ਬੱਲੇ ਨੀ ਮੋਢੇ ਉੱਤੋਂ ਬਾਹ ਟੁੱਟ ਗਈ ਮੇਰੀ ਸੱਸ ਨੇ ਮੋਢੇ ਉੱਤੋਂ ਬਾਹ ਟੁੱਟ ਗਈ ਮੇਰੀ ਸੱਸ ਨੇ ਮੱਕੀ ਦਾ ਟੁੱਕ ਮਾਰਿਆ ਮੋਢੇ ਉੱਤੋਂ ਬਾਹ ਟੁੱਟ ਗਈ ਹਰੇ ਹਰੇ ਕਾਇ ਉੱਤੇ ਸੱਪ ਫੂਕਾਂ ਮਾਰਦਾ ਹਰੇ ਹਰੇ ਕਾਇ ਉੱਤੇ ਸੱਪ ਫੂਕਾਂ ਮਾਰਦਾ ਭੱਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ ਭੱਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ ਭੱਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ ਨਾਲੇ ਹੂੰ ਕਰਕੇ ਨਾਲੇ ਹਾਂ ਕਰਕੇ ਨਾਲੇ ਹੂੰ ਕਰਕੇ ਨਾਲੇ ਹਾਂ ਕਰਕੇ ਜਿਹੜਾ ਦੇ ਦੇ ਨੀ ਪਿਆਰੇ ਲੰਮੀ ਬਾਂਹ ਕਰਕੇ ਜਿਹੜਾ ਜੀ ਦੋਸਤੋ ਦੇਖ ਰਹੇ ਹੋ ਜੀ ਤੁਸੀਂ ਪ੍ਰੋਗਰਾਮ ਗੱਲਾਂ ਅਤੇ ਗੀਤ ਅੱਜ ਦੇ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਜੈਵਿਕ ਖੇਤੀ ਬਾਰੇ ਅਤੇ ਸਰਦਾਰ ਰਾਜਵੀਰ ਸਿੰਘ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਅੱਗੇ ਵਾਲੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਆਪਾਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਕਿਸਾਨ ਵੀਰ ਜਿਹੜੇ ਨੇ ਉਹ ਫਸਲਾਂ ਉਗਾਉਂਦੇ ਨੇ ਤਾਂ ਬਹੁਤ ਸਾਰੇ ਕੀੜੇ ਮਕੌੜੇ ਹੁੰਦੇ ਨੇ ਜਿਨ੍ਹਾਂ ਦਾ ਅਟੈਕ ਹੁੰਦਾ ਹੈ ਫਸਲਾਂ 'ਤੇ ਅਤੇ ਫਸਲਾਂ ਦੀ ਤਬਾਹੀ ਬਹੁਤ ਜ਼ਿਆਦਾ ਹੁੰਦੀ ਹੈ ਨੁਕਸਾਨਦਾਇਕ ਜਿਹੜੇ ਕੀੜੇ ਨੇ ਉਹਨਾਂ ਦੀ ਵਜ੍ਹਾ ਦੇ ਨਾਲ ਜੇ ਆਪਾਂ ਕੈਮੀਕਲ ਫਾਰਮਿੰਗ ਦੀ ਗੱਲ ਕਰੀਏ ਬਹੁਤ ਸਾਰੇ ਪੈਸਟੀਸਾਈਡਸ ਯੂਜ਼ ਹੁੰਦੇ ਨੇ ਕੀੜਿਆਂ ਨੂੰ ਮਾਰਨ ਵਾਲੀਆਂ ਦਵਾਈਆਂ ਤਾਂ ਜੈਵਿਕ ਖੇਤੀ ਦੇ ਵਿੱਚ ਕੀੜਿਆਂ ਦਾ ਜਿਹੜਾ ਪ੍ਰਬੰਧਨ ਹੈ ਉਹ ਕਿਸ ਤਰ੍ਹਾਂ ਦੇ ਨਾਲ ਕੀਤਾ ਜਾਂਦਾ ਹੈ ਮੈਂ ਦੱਸ ਚੁੱਕਾ ਕਿ 85% ਸਾਡੇ ਮਿੱਤਰ ਕੀੜੇ ਨੇ 15% ਸਾਡੇ ਦੁਸ਼ਮਣ ਕੀੜੇ ਨੇ ਹਾਂਜੀ ਔਰ ਫਿਰ ਵੀ ਜੇ ਸਾਨੂੰ ਸਪਰੇਅ ਕਰਨੀ ਪਵੇ ਤੇ ਜਿਹੜੀ ਨਿੰਮ ਆ ਇਹ ਹਰ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਸਾਡੇ ਗਲੀ ਗੁਆਂਢ ਦੇ ਵਿੱਚ ਹੈਗੀ ਆ ਨਿੰਮ ਦੇ ਪੱਤੇ ਅਸੀਂ ਜਿਹੜੇ ਆ 5 ਕਿਲੋ ਪਾਉਂਦੇ ਹਾਂ ਉਹਦੇ ਵਿੱਚ 3 ਤੋਂ 4 ਕਿਲੋ ਹਰੀ ਮਿਰਚ ਪਾਉਂਦੇ ਹਾਂ ਔਰ ਉਹਦੇ ਵਿੱਚ ਪਾਈਆ 1.5 ਪਾਈਆ ਲਸਣ ਪਾਉਂਦੇ ਹਾਂ ਸੜਕਾਂ ਤੋਂ ਕੀ ਭੰਗ ਪਾ ਲੈਂਦੇ ਹਾਂ ਜੇ ਜਲਦੀ ਸਬਜ਼ੀ ਤੋੜਨ ਵਾਲੀ ਨਹੀਂ ਤਾਂ ਅਸੀਂ ਧਤੂਰੇ ਜਿਹੜਾ ਉਹ ਵੀ ਉੱਗਿਆ ਹੋਇਆ ਉਹ ਪਾ ਲੈਂਦੇ ਇਹਨੂੰ ਮਿਕਸ ਕਰਕੇ ਥੋੜ੍ਹਾ ਕੁੱਟ ਕੇ ਅਸੀਂ ਉਬਾਲ ਕੇ ਔਰ ਇਹਦੀ ਜਿਹੜੀ ਸਪਰੇਅ ਆ ਖੇਤ ਦੇ ਵਿੱਚ ਜਿਹੜੀ ਆ ਉਹ ਕੀਤੀ ਜਾਂਦੀ ਹੈ ਇਹਦਾ ਰਿਜ਼ਲਟ 100% ਰਿਜ਼ਲਟ ਆ ਔਰ ਅਸੀਂ 2006 ਤੋਂ ਇਹ ਕਰ ਰਹੇ ਹਾਂ
ਕੋਈ ਮੁਸ਼ਕਲ ਨਹੀਂ ਆਉਂਦਾ। ਜੇ ਤੇਲਾ ਆ ਜਾਵੇ ਤਾਂ ਅਸੀਂ 5 ਕਿਲੋ ਕੱਚਾ ਦੁੱਧ ਜਿਹੜਾ ਆ ਉਹ 100 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਉਹਦੇ ਵਿੱਚ ਅਸੀਂ 200 ਗ੍ਰਾਮ ਗੁੜ ਮਿਲਾ ਲੈਂਦੇ ਹਾਂ, ਉਹਦੀ ਸਪਰੇਅ ਕਰਦੇ ਹਾਂ। ਉਹ ਤੇਲਾ ਜਿਹੜਾ ਆ ਉਹ ਫੈਟ ਜਦੋਂ ਉਹਨਾਂ ਪੱਤਿਆਂ ਦੇ ਉੱਤੇ ਪੈ ਜਾਂਦਾ ਪਾਣੀ, ਔਰ ਉਹ ਇੱਧਰ ਉੱਧਰ ਟ੍ਰਾਂਸਫਰ ਜਿਹੜਾ ਆ ਉਹ ਨਹੀਂ ਹੁੰਦਾ, ਔਰ ਇਹ ਅਸੀਂ ਕਰ ਰਹੇ ਹਾਂ। ਇਹਦੇ 'ਚ ਕੋਈ ਮੁਸ਼ਕਲ ਨਹੀਂ, ਸਾਨੂੰ ਕਿਸੇ ਵੀ ਕੀੜੇ ਮਾਰ ਦਵਾਈ ਦੀ ਲੋੜ 2006 ਤੋਂ ਲਾ ਕੇ ਅੱਜ ਤੱਕ 11-12 ਸਾਲ ਹੋ ਗਿਆ ਲੋੜ ਨਹੀਂ ਪਈ। ਔਰ ਜਿਹੜਾ ਨਦੀਨ ਆ, ਨਦੀਨ ਵਾਸਤੇ ਜਿਹੜੀ ਫਸਲੀ ਚੇਂਜ ਆ, ਸਾਨੂੰ ਉਹ ਐਗਰੀਕਲਚਰ ਡਿਪਾਰਟਮੈਂਟ ਵੀ ਜੱਟਾਂ ਨੂੰ ਬੇਨਤੀ ਕਰਦਾ ਸਮੇਂ ਸਮੇਂ ਕਿ ਸਾਨੂੰ ਫਸਲਾਂ ਦੀ ਜਿਹੜੀ ਰੋਟੇਸ਼ਨ ਆ ਉਹ ਕਰਾਉਣੀ ਜਿਹੜੀ ਉਹ ਪਏਗੀ। ਔਰ ਜਿਹੜਾ ਅਸੀਂ ਪਾਣੀ 'ਤੇ ਮੈਂ ਗੱਲ ਕਰਾਂ, ਪਾਣੀ ਅਸੀਂ ਬੈੱਡ 'ਤੇ ਖੇਤੀ ਕਰਦੇ ਹਾਂ, ਜਿਵੇਂ ਕਣਕ ਅਸੀਂ ਬੈੱਡਾਂ ਦੇ ਉੱਤੇ ਬੀਜਦੇ ਹਾਂ, ਗੰਨਾ ਅਸੀਂ ਬੈੱਡਾਂ 'ਤੇ ਬੀਜਦੇ ਹਾਂ, ਸਬਜ਼ੀਆਂ ਸਾਰੀਆਂ ਅਸੀਂ ਬੈੱਡਾਂ ਦੇ ਉੱਤੇ ਬੀਜਦੇ ਹਾਂ, ਔਰ ਇਹਦੀ ਜਿਹੜੀ ਡਾਇਰੈਕਸ਼ਨ ਆ ਉਹ ਅਸੀਂ ਉੱਤਰ ਦੱਖਣ ਜਿਹੜੀ ਆ ਉਹ ਰੱਖਦੇ ਹਾਂ। ਅਤੇ ਇਹ ਉੱਤਰ ਦੱਖਣ ਜਿਹੜਾ ਆ ਸਾਨੂੰ ਦੇਖੋ ਜਿੰਨੀ ਸਾਡਾ ਜੀਵਨ ਆ ਉਹ ਸੂਰਜ ਕਰਕੇ ਆ, ਜਿਹੜੀ ਸੂਰਜ ਦੀ ਲਾਈਟ ਆ ਇਹ ਸਾਡੇ ਵਾਸਤੇ ਫਸਲ ਵਾਸਤੇ ਬਹੁਤ ਜ਼ਰੂਰੀ ਆ, ਇਸ ਗੱਲ ਦਾ ਅਸੀਂ ਖਾਸ ਧਿਆਨ ਜਿਹੜਾ ਰੱਖਦੇ ਹਾਂ ਜੀ। ਰਾਜਵੀਰ ਜੀ, ਸਮੇਂ ਦੀ ਮੰਗ ਇਹ ਹੈ ਕਿ ਅੱਜ ਕਿਸਾਨ ਵੀਰ ਔਰ ਅਸੀਂ ਜਿਹੜਾ ਖੇਤੀ ਕੁਦਰਤੀ ਖੇਤੀ ਵੱਲ ਜਾਈਏ ਔਰ ਇਸ ਨਾਲ ਜੁੜੀਏ, ਤੁਸੀਂ ਕੀ ਸਮਝਦੇ ਹੋ ਕਿ ਇਹਦੇ ਫਾਇਦੇ ਜਿਹੜੇ ਆ ਉਹ ਕਿਹੜੇ ਕਿਹੜੇ ਨੇ ਤਾਂ ਜੋ ਕਿਸਾਨ ਵੀਰ ਵੱਧ ਤੋਂ ਵੱਧ ਪ੍ਰੇਰਿਤ ਹੋ ਕੇ ਜੈਵਿਕ ਖੇਤੀ ਨੂੰ ਅਪਣਾਉਣ? ਦੇਖੋ, ਮੈਂ ਬਹੁਤ ਸਾਰੇ ਸੈਮੀਨਾਰਾਂ 'ਤੇ, ਯੂਨੀਵਰਸਿਟੀਆਂ, ਕਾਲਜਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਵੀ ਗਿਆ ਹਾਂ, ਔਰ ਇਹ ਡਿਮਾਂਡ ਆ ਕਿ ਅਸੀਂ ਖਾਈਏ ਤਾਂ ਕੀ ਖਾਈਏ, ਕਿਉਂਕਿ ਨਾ ਤਾਂ ਸਾਡੇ ਕੋਲ ਫਰੂਟ ਖਾਣ ਵਾਲਾ, ਨਾ ਸਾਡੇ ਕੋਲ ਦੁੱਧ ਪੀਣ ਵਾਲਾ ਆ, ਨਾ ਅਨਾਜ ਖਾਣ ਵਾਲਾ ਆ। ਔਰ ਕਿੰਨੇ ਸਾਡੇ ਵੀਰਾਂ ਨੂੰ ਘਰਾਂ ਦੇ ਵਿੱਚ ਪਤਾ ਕਿ ਜੇ ਅਸੀਂ ਆਟਾ ਖਾਣਾ ਤਾਂ ਕਿਹੜਾ ਖਾਣਾ, ਆਟਾ ਮਿਕਸ ਖਾਣਾ ਆ, ਉਹਦੇ ਵਿੱਚ ਮੱਕੀ ਵੀ ਚਾਹੀਦੀ ਆ, ਛੋਲੇ ਵੀ ਚਾਹੀਦੇ ਆ, ਬਾਜਰਾ ਵੀ ਚਾਹੀਦਾ, ਜੌਂ ਵੀ ਚਾਹੀਦੇ ਆ, ਔਰ ਹੁਣ ਸਰਦੀ ਆ ਗਈ ਆ, ਅਲਸੀ ਦੇ ਵਿੱਚ ਬਹੁਤ ਕੈਲਸ਼ੀਅਮ ਆ, ਥੋੜ੍ਹੀ ਭੁੰਨ ਕੇ ਅਲਸੀ ਵਿੱਚ ਸਾਨੂੰ ਪਾਉਣੀ ਚਾਹੀਦੀ ਆ। ਇਵੇਂ ਫਰੂਟ ਆ ਜਿਹੜਾ, ਫਰੂਟ ਦੇਖੋ ਜੇ ਸੇਬ ਆ ਰਿਹਾ ਤਾਂ ਉੱਤੇ ਵੈਕਸ ਮਲੀ ਹੋਈ ਆ, ਔਰ ਫਰੂਟ ਵੀ ਸਾਡੇ ਖਾਣ ਯੋਗ ਨਹੀਂ ਰਿਹਾ, ਔਰ ਪਾਣੀ ਜਿਹੜਾ ਆ ਉਹ ਸਾਡੇ ਪੀਣ ਯੋਗ ਨਹੀਂ ਰਿਹਾ। ਇਹਦੇ 'ਚ ਗਲਤੀ ਕਿੱਥੇ ਆ? ਗਲਤੀ ਸਾਡੀ ਆ। ਇਸ ਕਰਕੇ ਇਹਦਾ ਨਾਂ ਜਿਹੜਾ ਕੁਦਰਤੀ ਖੇਤੀ ਦਿੱਤਾ ਗਿਆ ਆ, ਕਿ ਅਸੀਂ ਨੇਚਰ ਦੇ, ਕੁਦਰਤ ਦੇ ਸਾਧਨਾਂ ਦੇ ਨਾਲ ਜੁੜ ਕੇ ਜਿਹੜੀ ਅਸੀਂ ਖੇਤੀ ਕਰਾਂਗੇ ਉਹਦੇ ਨਾਲ ਦੇਖੋ ਆਲ ਲਿਵਿੰਗ ਥਿੰਗ, ਹਰ ਇੱਕ ਨੇ ਖੁਰਾਕ ਲੈਣੀ ਆ, ਔਰ ਜਨਮ ਤੋਂ ਲੱਗ ਕੇ ਡੈਥ ਤੱਕ ਉਹਨੇ ਖੁਰਾਕ ਲੈਣੀ ਆ। ਉਹ ਖੁਰਾਕ ਕਿੱਥੋਂ ਲੈਣੀ ਆ? ਧਰਤੀ 'ਚੋਂ ਲੈਣੀ ਆ। ਔਰ ਇਨਸਾਨ ਦੀ ਕੁਦਰਤ ਨੇ ਡਿਊਟੀ ਲਾਈ ਆ ਕਿ ਤੁਸੀਂ ਸਵਸਥ ਫੂਡ ਪੈਦਾ ਕਰੋ, ਆਪ ਜੀਓ ਅਤੇ ਦੂਜਿਆਂ ਨੂੰ ਜੀਣ ਦਾ ਮੌਕਾ ਜਿਹੜਾ ਆ ਉਹ ਦਿਓ। ਕਿਸਾਨ ਦੀ ਵੀ ਹਿੰਮਤ ਆ, ਔਰ ਸਮੁੱਚਾ ਜਿਹੜਾ ਅਸੀਂ ਨਾਲ ਡਿਪਾਰਟਮੈਂਟ ਆ ਅਸੀਂ ਸਾਰੇ ਰਲ ਮਿਲ ਕੇ ਇਸ ਖੇਤੀ ਵੱਲ ਅੱਗੇ ਵਧੀਏ, ਕਿਉਂਕਿ ਇਹਦੀ ਆਲ ਵਰਲਡ ਦੇ ਵਿੱਚ ਡਿਮਾਂਡ ਆ। ਵਿਦੇਸ਼ਾਂ ਦੇ ਵਿੱਚ ਮੈਂ ਸਟਾਲ ਲੱਗੇ ਦੇਖਿਆ, ਜਿਹੜਾ ਨੈਚੁਰਲ ਸਿਸਟਮ ਨਾਲ ਤਿਆਰ ਕੀਤਾ ਗਿਆ ਉਹ ਵੀ ਸਟਾਲ ਲੱਗੇ ਆ, ਕੈਮੀਕਲ ਦੇ ਵੀ ਸਟਾਲ ਲੱਗੇ ਆ, ਔਰ ਸਾਡੇ ਕੋਲ ਬਹੁਤ ਸਾਰੇ ਵੀਰ ਰੋਜ਼ ਆਉਂਦੇ ਆ, ਕਈ ਕਈ ਗਿਣਤੀ 'ਚ ਆਉਂਦੇ ਆ, ਸੈਮੀਨਾਰ ਲੱਗਦੇ ਸਾਡੇ ਕੋਲ। ਉਹਦੇ 'ਚ ਹਰ ਇੱਕ ਦੀ ਡਿਮਾਂਡ ਹੁੰਦੀ ਆ ਕਿ ਵੀਰ ਜੀ ਸਾਨੂੰ ਥੋੜ੍ਹਾ ਜਿਹਾ ਗੁੜ ਦੇ ਦਿਓ, ਵੀਰ ਜੀ ਸਾਨੂੰ ਆਟਾ ਦਿਖਾਓ ਜਿਹੜਾ ਤੁਸੀਂ ਖਾ ਰਹੇ ਹੋ। ਔਰ ਇਹ ਸਿਸਟਮ ਜਿਹੜਾ ਆ ਬਹੁਤ ਆਸਾਨ ਸਿਸਟਮ ਆ, ਇਹਦੇ 'ਚ ਕੋਈ ਮੁਸ਼ਕਲ ਨਹੀਂ। ਹਾਂ ਠੀਕ ਆ, ਜਦੋਂ 64 ਦੇ ਵਿੱਚ ਥੋੜ੍ਹਾ ਜਿਹਾ ਕਾਲ ਪੈ ਗਿਆ ਸੀ ਉਸ ਵੇਲੇ ਫਿਰ ਬਾਹਰੋਂ ਅਸੀਂ ਬੀਜ ਵੀ ਲਿਆਂਦੇ, ਅਸੀਂ ਫਰਟੀਲਾਈਜ਼ਰ ਵੀ ਲਿਆਂਦੀ, ਪੈਸਟੀਸਾਈਡ ਵੀ ਲਿਆਂਦੀ, ਮਤਲਬ ਕੈਮੀਕਲ ਖੇਤੀ ਸ਼ੁਰੂ ਹੋਈ, ਔਰ ਉਹ ਕੈਮੀਕਲ ਖੇਤੀ ਜਿਹੜੀ ਸੀ ਉਹਦੇ 'ਤੇ ਅਸੀਂ ਇੰਨਾ ਜ਼ਿਆਦਾ ਛਿੜਕਾਅ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਰਿਜ਼ਲਟ ਜਿਹੜੇ ਸੀ ਬਹੁਤ ਭਿਆਨਕ ਆ ਗਏ, ਔਰ ਸਾਰਾ ਕੁਝ ਜਿਹੜਾ ਸੀ ਅਸੀਂ ਜਿਹੜਾ ਸੀ ਉਹ ਬਰਬਾਦੀ ਵਾਲੇ ਪਾਸੇ ਲੈ ਗਏ। ਇੱਕ ਸਵਾਲ ਜਿਹੜਾ ਇਸ ਟਾਈਮ ਮੇਰੇ ਮਾਈਂਡ ਦੇ ਵਿੱਚ ਹੈ ਉਹ ਇਸ ਚੀਜ਼ ਦੇ ਨਾਲ ਹੀ ਜੁੜਿਆ ਹੋਇਆ ਕਿ ਜਦੋਂ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਜਿਹੜੇ ਰਸਾਇਣ ਵਗੈਰਾ ਕੈਮੀਕਲ ਫਾਰਮਿੰਗ ਕਰਦੇ ਨੇ ਬਹੁਤ ਤਰ੍ਹਾਂ ਦੇ ਕੈਮੀਕਲ ਹਾਰਮਫੁਲ ਯੂਜ਼ ਕਰਕੇ, ਉਹਨਾਂ ਦੀ ਜਿਹੜੀ ਜ਼ਮੀਨ ਹੈ ਉਹਨਾਂ ਨੂੰ ਕੋਈ ਨਾ ਕੋਈ ਨੁਕਸਾਨ ਵੀ ਹੁੰਦਾ ਹੋਏਗਾ, ਅਤੇ ਜਿਹੜਾ ਕਿਸਾਨ ਕਾਫੀ ਲੰਬੇ ਸਮੇਂ ਤੋਂ ਕੈਮੀਕਲ ਫਾਰਮਿੰਗ ਕਰਦਾ ਆ ਰਿਹਾ ਕਿ ਉਹ ਜੈਵਿਕ ਖੇਤੀ ਨੂੰ ਅਪਣਾ ਸਕਦਾ ਹੈ ਅਤੇ ਕਿੰਨੀ ਜਲਦੀ ਉਹਦੀ ਜ਼ਮੀਨ ਠੀਕ ਹੋ ਜਾਂਦੀ ਹੈ? ਜਦੋਂ ਤੁਸੀਂ ਸਟਾਰਟਿੰਗ ਕਰ ਦਿੱਤੀ ਖੇਤੀ ਦੀ, ਉਹ 3 ਸਾਲ ਬਾਅਦ ਤੁਹਾਡੀ ਜਿਹੜੀ ਜ਼ਮੀਨ ਹੈ ਉਹਦੇ 'ਚੋਂ ਉਹ ਕੈਮੀਕਲ ਦਾ ਰਸਾਇਣਾਂ ਦਾ ਜਿਹੜਾ ਅਸਰ ਆ ਉਹ ਖਤਮ ਹੋ ਜਾਏਗਾ। ਭਾਵ ਪਹਿਲੇ ਸਾਲ ਹੀ ਜਿਹੜੀ ਰਸਾਇਣਕ ਵਿਧੀ ਦੇ ਨਾਲ ਤਿਆਰ ਕੀਤੀ ਸਾਡੇ ਅਨਾਜ ਆ, ਸਾਡਾ ਫਰੂਟ ਆ, ਉਹਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਆ ਉਹ ਸਮੱਸਿਆ ਦਾ ਜਿਹੜਾ ਹੱਲ ਹੋ ਜਾਂਦਾ। ਨੈਕਸਟ ਈਅਰ ਹੋਰ ਉਸ ਤੋਂ ਹੋ ਗਿਆ, 3 ਸਾਲ ਬਿਲਕੁਲ ਉਹਦਾ ਜਿਹੜਾ ਹੱਲ ਆ ਉਹ ਹੋ ਗਿਆ ਆ। ਔਰ 2-3 ਸੈਮੀਨਾਰ ਮੈਂ ਬਾਹਰ ਵੀ ਦਿੱਲੀ ਵਗੈਰਾ 'ਚ, ਇੱਧਰ ਕਾਨਪੁਰ ਯੂਪੀ 'ਚ ਵੀ ਅਟੈਂਡ ਕੀਤੇ ਨੇ, ਔਰ ਮੋਦੀ ਜੀ ਦਾ, ਪ੍ਰਧਾਨ ਮੰਤਰੀ ਜੀ ਦਾ ਸਾਰਾ ਇਸ ਗੱਲ 'ਤੇ ਜ਼ੋਰ ਲੱਗਾ ਆ ਕਿ ਅਸੀਂ ਜੈਵਿਕ ਖੇਤੀ ਜਿਹੜੀ ਆ ਇਹਨੂੰ ਅਪਣਾਈਏ। ਔਰ ਕਿਸਾਨਾਂ ਨੂੰ ਉਹ ਸਮੇਂ ਸਮੇਂ ਬੜੇ ਸੈਮੀਨਾਰਾਂ ਰਾਹੀਂ ਉਤਸ਼ਾਹਿਤ ਕਰਦੇ ਆ ਕਿ ਜਿੰਨਾ ਜਲਦੀ ਹੋ ਸਕੇ ਅਸੀਂ ਕੁਦਰਤੀ ਖੇਤੀ ਨੂੰ ਅਪਣਾ ਕੇ ਸਵਸਥ ਫੂਡ ਜਿਹੜੀ ਆ ਉਹ ਪ੍ਰੋਵਾਈਡ ਕਰੀਏ ਜੀ। ਰਾਜਵੀਰ ਜੀ, ਅਸੀਂ ਜਦੋਂ ਗੱਲ ਕਰਦੇ ਹਾਂ
ਸਾਡੇ ਸਾਹਮਣੇ ਬਹੁਤ ਸਾਰੇ ਰੋਲ ਮਾਡਲ ਵੀ ਹੁੰਦੇ ਆ ਜੋ ਸਾਨੂੰ ਪ੍ਰੇਰਿਤ ਕਰਦੇ ਆ, ਮੋਟੀਵੇਟ ਕਰਦੇ ਆ। ਅਸੀਂ ਗੱਲ ਕਰੀਏ ਇਜ਼ਰਾਈਲ ਰੋਲ ਮਾਡਲ ਦੀ। ਇਜ਼ਰਾਈਲ ਇੱਕ ਐਸਾ ਦੇਸ਼ ਆ ਜਿਸਨੇ ਇੱਕ ਚਮਤਕਾਰੀ ਕਹਿ ਲਓ ਕਰਕੇ ਦਿਖਾਇਆ ਕਿ ਬਹੁਤ ਵਧੀਆ ਸਵਾਲ, ਲਿਮਿਟਿਡ ਸਾਧਨ ਜਿਹੜੇ ਆ ਹੁਣ ਦੇ ਬਾਵਜੂਦ ਵੀ ਕਲੈਕਟਿਵ ਖੇਤੀ ਹੁੰਦੀ ਆ, ਇੱਕ ਪਿੰਡ ਨੂੰ ਆਧਾਰ ਮੰਨ ਕੇ ਖੇਤੀ ਕੀਤੀ ਜਾਂਦੀ ਆ। ਜਿੰਨੀਆਂ ਕੋ ਦਿਹਾੜੀਆਂ ਲਾਏਗਾ ਉਹਨੂੰ 15 ਦਿਨ ਬਾਅਦ, ਹਫ਼ਤੇ ਬਾਅਦ ਉਹਦੇ ਪੈਸੇ ਜਿਹੜੇ ਮਿਲ ਜਾਣਗੇ ਜਦੋਂ ਮੰਡੀਕਰਨ ਹੋਏਗਾ। ਔਰ ਜਿੰਨੇ ਏਕੜ, ਜਿੰਨੇ ਕਨਾਲ ਉਹਦੀ ਜ਼ਮੀਨ, ਜਿੰਨੇ ਕਮਾਨ ਜ਼ਮੀਨ ਆ ਉਹਦੇ ਉੱਤੇ ਉਹ ਡਿਵਾਈਡ ਹੋ ਜਾਏਗਾ। ਸਾਡੀ ਹੁਣ ਪ੍ਰੋਬਲਮ ਇਹ ਆ ਗਈ ਆ ਕਿ ਜੇ ਮੇਰੇ ਫਾਦਰ ਦੇ ਕੋਲ ਇੱਕ ਟਰੈਕਟਰ ਸੀ, ਅਸੀਂ 3 ਭਰਾ ਆ, ਤੇ ਸਾਡੇ ਕੋਲ 3 ਟਰੈਕਟਰ ਹੋ ਗਿਆ। ਲੈਂਡ ਸਾਡੀ 19 ਆ, ਜ਼ਮੀਨ 2 ਕਨਾਲ ਘੱਟ ਭਾਵੇਂ ਗਈ ਹੋਵੇ ਵਧੀ ਨਹੀਂ, ਭਾਵ ਟਰੈਕਟਰ ਅਸੀਂ 3 ਲੈ ਲਏ, ਅਸੀਂ ਖਰਚੇ ਵਧਾ ਲਏ। ਉਹ ਇੱਕ ਸਮਾਂ ਸੀ ਜਦੋਂ ਸਾਡੇ ਪਿੰਡਾਂ ਦੇ ਵਿੱਚ ਮੰਗ ਕਹਿੰਦੇ ਸੀ, ਇਕੱਠ ਕਰਕੇ ਕਣਕ ਵੱਢੀ ਜਾਂਦੀ ਸੀਗੀ, ਉੱਥੇ ਇੱਕ ਆਦਮੀ ਢੋਲ ਵੀ ਵਜਾ ਰਿਹਾ ਹੁੰਦਾ ਸੀ, ਕੋਈ ਚਾਹ ਵਰਤਾ ਰਿਹਾ ਹੁੰਦਾ ਸੀ, ਖਾਣੇ ਵੇਲੇ ਖਾਣਾ ਵਰਤਾਇਆ ਜਾਂਦਾ ਸੀ, ਔਰ ਉਹ ਕਣਕ ਦੀਆਂ ਭਰੀਆਂ ਬੰਨ੍ਹ ਕੇ, ਔਰ ਉਹ ਕਈ ਏਕੜ ਕਣਕ ਵੱਢ ਕੇ ਬੜੀ ਖੁਸ਼ੀ ਖੁਸ਼ੀ ਲੋਕ ਜਿਹੜੇ ਸੀ ਉਹ ਆਪਣੇ ਘਰਾਂ ਨੂੰ ਆਉਂਦੇ ਸੀਗੇ। ਹੁਣ ਜ਼ਿਮੀਦਾਰ, ਜਿਵੇਂ ਹੁਣੇ ਖਬਰਸਾਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਮੁੰਡੇ ਸਾਡੇ, ਬੇਟੇ ਸਾਡੇ ਬਾਹਰ ਚਲੇ ਗਏ, ਔਰ ਖੇਤੀ ਜਿਹੜੀ ਕਿਸਾਨ ਆ ਉਹਦੇ ਕੋਲ ਟੈਲੀਵਿਜ਼ਨ ਆ ਗਿਆ, ਘਰ 'ਚ ਏਸੀ ਲੱਗ ਗਿਆ, ਔਰ ਪਹਿਲਾਂ ਕਿਸਾਨ ਖੇਤ ਦੇ ਵਿੱਚ ਰਹਿੰਦਾ ਸੀ ਬੋੜਾਂ ਥੱਲੇ, ਹੁਣ ਕਿਸਾਨ ਜਿਹੜਾ ਉਹ ਘਰ ਦੇ ਵਿੱਚ ਪੱਖੇ ਥੱਲੇ ਬੈਠਾ ਆ। ਔਰ ਜਿਹੜਾ ਖੇਤੀ ਦਾ ਕੰਮ ਸੀਗਾ ਇਹ ਸਾਡਾ 24 ਘੰਟੇ ਦਾ ਕੰਮ ਸੀਗਾ, ਖੇਤ ਦੇ ਵਿੱਚ ਸਵਾਣੀ ਰੋਟੀ ਲੈ ਕੇ ਜਾਂਦੀ ਸੀ, ਔਰ ਕਿਸਾਨ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਖੇਤ ਦੇ ਵਿੱਚ ਕੰਮ ਕਰਦਾ ਸੀਗਾ। ਹੁਣ ਮਸ਼ੀਨਰੀ ਨੇ ਆਣ ਕੇ ਸਾਡੇ ਕੁਦਰਤ ਦੇ ਕਰੀਬ ਹੋਣਗੇ ਤੇ ਇਹਨਾਂ ਨੂੰ ਅਪਣਾਉਣਗੇ। ਸ਼ੁਕਰੀਆ।